ਕੁਛ ਵੀ ਨਹੀਂ ਪਤਾ, ਮੈਂ ਤਾਂ ਕੰਮ ਤੋਂ ਆਇਆ ਜੀ, ਹਲੇ ਸਾਨੂੰ ਵੀ ਨਹੀਂ ਪਤਾ ਲੱਗੀ ਕਿੱਥੇ ਆ ਜੀ। ਅਸੀਂ ਤਾਂ ਕੰਮ 'ਤੇ ਸੀਗਾ, ਫੋਨ ਆਇਆ ਸੀ ਇੱਧਰ ਨੂੰ ਆ ਗਿਆ ਸੀ। ਮੇਰਾ ਗੁਰਪ੍ਰੀਤ ਸਿੰਘ ਜੀ, ਗੁਰਦਿੱਤ ਸਿੰਘ, ਮੈਂ ਕੱਪੜੇ ਦਾ ਕੰਮ ਕਰਦਾ ਜੀ। ਭਰਾ ਮੇਰਾ ਦੁਬਈ ਤੋਂ ਆਇਆ ਜੀ, ਹੁਣੀ ਆਇਆ, ਥੋੜ੍ਹਾ ਟਾਈਮ ਹੋਇਆ ਜੀ, ਹਾਲੇ ਤਾਂ ਫ੍ਰੀ ਸੀਗਾ। ਉਹਨਾਂ ਨੂੰ ਹੋ ਗਿਆ 6 ਮਹੀਨੇ ਹੋਏ ਉਹਨਾਂ ਨੂੰ, ਅਸੀਂ 26 ਜੇ ਜੀ। ਠੀਕ ਹੈ ਜੀ, ਕੁਛ ਵੀ ਨਹੀਂ ਹੋਇਆ, ਸਿਰਫ ਲੱਗੀ ਆ, ਛੂਕ ਨਿਕਲ ਗਈ ਆ। ਹਾਂਜੀ ਹਾਂਜੀ, ਹੋਈ ਗੱਲ, ਕਰਦੇ ਪਏ ਬਿਆਨ ਹੋ ਰਹੇ ਉਹਨਾਂ ਦੇ। ਕੁਛ ਵੀ ਨਹੀਂ ਪਤਾ ਜੀ, ਕੁਛ ਵੀ ਹੈ ਨਹੀਂ। ਨਹੀਂ ਜੀ, ਹੁਣੀ ਮੁੰਡਾ ਬਾਹਰੋਂ ਆਇਆ ਅਤੇ ਹੁਣ ਬਸ ਆ, ਉਹ ਤਾਂ ਹੁਣ 6 ਮਹੀਨੇ ਹੋ ਗਿਆ ਜੀ ਆਏ ਉਹਨਾਂ ਨੂੰ। ਕੁਛ ਵੀ ਨਹੀਂ, ਮੈਮ ਮਿਲੇ ਵੀ ਨਹੀਂ ਅਸੀਂ ਹਾਲੇ ਉਹਨਾਂ ਨੂੰ, ਅਜੇ ਹੁਣੀ ਕੰਮ ਤੋਂ ਸਿੱਧਾ ਇੱਥੇ ਆਏ ਅਸੀਂ। ਤਾਂ ਉਹਨਾਂ ਦਾ ਉੱਥੇ ਉਹ ਪੈਕਿੰਗ ਦਾ ਕੰਮ ਸੀ, ਉਹਨਾਂ ਦਾ ਫਰੂਟ ਪੈਕਿੰਗ ਦਾ। ਉਹਨਾਂ 6 ਮਹੀਨੇ ਹੋਇਆ ਜੀ। ਨਹੀਂ ਨਹੀਂ ਹਾਲੇ ਇੱਥੇ ਸੀਗੇ, ਦੂਜੀ ਕੰਟਰੀ ਜਾਣਾ ਸੀ ਉਹਨਾਂ ਨੇ। ਕੁਛ ਵੀ ਨਹੀਂ ਸੀਗਾ ਸਰ, ਕੁਛ ਵੀ ਨਹੀਂ ਸੀਗਾ, ਕੁਛ ਵੀ ਨਹੀਂ ਸੀਗਾ। ਕਿੰਨੇ ਲੋਕਾਂ ਦੇ ਗੋਲੀ ਚੱਲੀ ਹੈ? ਨਹੀਂ, ਗੋਲੀ ਇੱਕ ਹੀ ਬੰਦਾ ਜ਼ਖਮੀ ਹੈ ਜੀ। ਅੱਛਾ, ਬਾਕੀ ਵੈਰੀਫਾਈ ਕਰ ਰਹੇ ਆ, ਜੋ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਦਿੰਦੇ। ਕਿੰਨੇ ਲੋਕ ਗਿਆ ਹੋਏ? ਜਾਂਚ ਚ ਕੁਝ ਕਲੀਅਰ ਹੋਇਆ ਕਿ ਮਾਮਲਾ ਕੀ ਹੈ, ਲੁੱਟਦਾ ਸੀ ਕੀ ਮਾਮਲਾ ਕੀ? ਸੀਨੀਅਰ ਅਫਸਰ ਮੌਕੇ ਤੇ ਗਏ ਹੋਏ। ਸਰ ਮੁੰਡਾ ਕਿੱਥੇ ਦਾ ਰਹਿਣ ਵਾਲਾ? ਮੈਂ ਇੱਥੇ ਆਪਣੇ ਸਿਵਲ ਹਸਪੀਟਲ 'ਚ ਰਹਿੰਦੇ ਆ, ਜਿਹੜੇ ਮੌਕੇ ਤੇ ਗਏ ਹੋਏ। ਕਿੰਨੇ ਰੋਲ ਫਾਇਰ ਹੋਏ ਸਰ? ਨਹੀਂ, ਕੁਝ ਨਹੀਂ ਕਲੀਅਰ ਹੋਇਆ। ਕੋਈ ਉੱਥੋਂ ਖੋਲ ਵਗੈਰਾ ਬਰਾਮਦ ਹੋਈ? ਨਹੀਂ ਨਹੀਂ ਜੀ, ਮੌਕੇ ਤੇ ਮੈਂ ਗਿਆ ਨਹੀਂ ਜੀ। ਕਿੰਨੇ ਵਜੇ ਸਰ ਤਲਾਹ ਮਿਲੀ ਸੀਗੀ ਤੁਹਾਨੂੰ? ਸਰ ਮੈਂ ਕਿਹਾ ਮੌਕੇ ਤੇ ਮੈਂ ਗਿਆ ਨਹੀਂ ਸਾਨੂੰ। ਸਰ ਤਲਾਹ ਕਿੰਨੇ ਮਿਲੀ? ਕਿੰਨੇ ਵਜੇ ਤਲਾਹ ਮਿਲੀ ਸੀ ਗੋਲੀ ਚੱਲਣ ਬਾਰੇ? ਸਾਨੂੰ ਕਰੀਬ 3 ਵਜੇ ਮਿਲੀ ਜੀ। ਅਤੇ ਤੁਸੀਂ ਮੌਕਾ ਦੇਖਿਆ ਉੱਥੇ? ਨਹੀਂ ਸਰ, ਮੈਂ ਮੌਕਾ ਨਹੀਂ ਦੇਖਿਆ, ਮੈਂ ਸਿਵਲ ਹਸਪੀਟਲ ਇੱਥੇ ਆਇਆ ਜੀ। ਤੁਹਾਡੀ ਪੁਲਿਸ ਪਾਰਟੀ ਉੱਥੇ ਹੈ ਜੀ? ਹਾਂਜੀ।